ਇੰਨੀਆਂ ਚੀੜਾਂ ਇੱਥੇ ਹੀ ਆ, ਲੇਕਿਨ ਫਾਰੈਸਟ ਦੀ ਕੋਈ ਪ੍ਰੋਵਿਜ਼ਨ ਦੀ ਜ਼ਰੂਰਤ ਨਹੀਂ ਪਈ। ਜਿਸਲੇ ਪੁਲ ਦੀ ਜ਼ਰੂਰਤ ਆਈ ਤਾਂ ਫਾਰੈਸਟ ਡਿਪਾਰਟਮੈਂਟ ਆਦਾ ਅਸੀਂ ਪ੍ਰੋਵਿਜ਼ਨ ਚਾਹੀਦੀ। ਅਗਰ ਤੁਸੀਂ ਪ੍ਰੋਵਿਜ਼ਨ ਚਾਹੀਦੀ ਤਾਂ ਇੰਨੀਆਂ ਚੀੜਾਂ ਤੁਸੀਂ ਕਿਉਂ ਖਵਾਈਆਂ? ਖਵਾਈਆਂ ਜਾਂ ਨਹੀਂ ਖਵਾਈਆਂ? ਬਿਲਕੁਲ ਖਵਾਈਆਂ। ਤਾਂ ਮੈਂ ਮਹਿੰਦਰਾ 207 ਸਾਡਾ ਸਮਾਨ ਲੋਡ ਕਰੀ ਉਧਮਪੁਰਾਂ ਇੱਥੇ ਆਵਾਦੀ ਸੀ, ਔਰ ਅਚਾਨਕ ਅਸੀਂ ਘਰ ਗਏ, ਮਤਲਬ ਕਿ ਇੱਕ ਸ਼ੇਰ ਜਾਂ ਸੁਣਚੀ ਕਿ ਪਤਾ ਨਹੀਂ ਕੀ ਹਾਸਾ ਹੋਈ ਆ। ਲੇਕਿਨ ਜਿਸਲੇ ਅਸੀਂ ਮੌਕੇ ਆਏ ਤਾਂ ਮਹਿੰਦਰਾ ਜਿਹੜੀ ਸੀ ਉਹ ਗਹਿਰੀ ਖਾਈ 'ਚ ਜਾਈ ਕਰੀ ਸੀ। ਲੇਕਿਨ ਭਗਵਾਨ ਦਾ ਸ਼ੁਕਰੀਆ ਅਦਾ ਕਰਨਾ ਆਉਂ ਕਿ ਉਹਦੇ 'ਚ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ, ਮਾਲ ਦਾ ਤਾਂ ਹੋਇਆ ਕਿ ਹੋਇਆ। ਸੰਤ ਕਹੇਗੇ, ਸੰਤ ਲਿਖੇਗੇ, ਸੰਤ ਚਲੇਗੇ। ਤਨ ਸਿੰਘ ਪੰਚਾਇਤ ਜਟਸਰਕੋਟ ਡਿਸਟ੍ਰਿਕਟ ਉਧਮਪੁਰ ਬਲਾਕ ਟਿਕਰੀ। ਪਿਆਰੇ ਸਾਥੀਓ, ਅੱਜ ਇਹ ਦ੍ਰਿਸ਼ ਅਸੀਂ ਦੇਖਣ ਵਾਸਤੇ ਲੱਭਿਆ ਕਿ ਮਹਿੰਦਰਾ 207 ਸਾਡਾ ਸਮਾਨ ਲੋਡ ਕਰੀ ਉਧਮਪੁਰਾਂ ਇੱਥੇ ਆਵਾਦੀ ਸੀ, ਔਰ ਅਚਾਨਕ ਅਸੀਂ ਘਰ ਗਏ, ਮਤਲਬ ਕਿ ਇੱਕ ਸ਼ੇਰ ਜਾਂ ਸੁਣਚੀ ਕਿ ਪਤਾ ਨਹੀਂ ਕੀ ਹਾਸਾ ਹੋਈ ਆ। ਲੇਕਿਨ ਜਿਸਲੇ ਅਸੀਂ ਮੌਕੇ ਆਏ ਤਾਂ ਮਹਿੰਦਰਾ ਜਿਹੜੀ ਸੀ ਉਹ ਗਹਿਰੀ ਖਾਈ 'ਚ ਜਾਈ ਕਰੀ ਸੀ। ਲੇਕਿਨ ਭਗਵਾਨ ਦਾ ਸ਼ੁਕਰੀਆ ਅਦਾ ਕਰਨਾ ਆਉਂ ਕਿ ਉਹਦੇ 'ਚ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ, ਮਾਲ ਦਾ ਤਾਂ ਹੋਇਆ ਕਿ ਹੋਇਆ। ਲੇਕਿਨ ਪ੍ਰਸ਼ਾਸਨ ਅੱਗੇ ਸਾਡੀ ਹੱਥ ਜੋੜੀ ਹੈ, ਬੇਨਤੀ ਹੈ ਵਾਰ ਵਾਰ ਕਿ ਸਾਡਾ ਪੁਲ ਦਾ ਸਮਾਨ ਵਗੈਰਾ ਇੱਥੇ ਤੁਸੀਂ ਰੱਖੇ ਦਾ, ਲੇਕਿਨ ਫਾਰੈਸਟ ਡਿਪਾਰਟਮੈਂਟ ਕੀ ਤੁਸੀਂ ਆਖਦੇ ਕਿ ਫਾਰੈਸਟ ਡਿਪਾਰਟਮੈਂਟ ਪ੍ਰੋਵਿਜ਼ਨ ਦੇ? ਮੈਂ ਫਾਰੈਸਟ ਡਿਪਾਰਟਮੈਂਟ ਕੀ ਆਖਣਾ ਚਾਹੁੰਦਾ ਕਿ ਫਾਰੈਸਟ ਡਿਪਾਰਟਮੈਂਟ ਚੋਰ ਹੈ। ਕੀ ਚੋਰ ਹੈ? ਕਿਉਂ ਬਈ ਤੁਸੀਂ ਵੀ ਆਖਦੇ ਹੋ ਮੰਨ ਜਾਓ ਚੋਰ ਹੈ ਜਾਂ ਨਹੀਂ? ਡਿਪਾਰਟਮੈਂਟ ਪੂਰਾ ਚੋਰ ਹੈ। ਛੜਾ ਕੋਈ ਕੱਲੇ ਹੀ ਸਾਡੇ ਉੱਪਰ ਹੀ ਨਾ ਆਫਰ ਲਈ ਜਾਵੇ ਕਿ ਫਾਰੈਸਟ ਡਿਪਾਰਟਮੈਂਟ ਚੋਰ ਹੈ। ਚੋਰ ਕੀ ਆਖਾਂ ਨਾ ਕਿ ਇੰਨੀਆਂ ਚੀੜਾਂ ਇੱਥੇ ਹੀ ਆ, ਲੇਕਿਨ ਫਾਰੈਸਟ ਦੀ ਕੋਈ ਪ੍ਰੋਵਿਜ਼ਨ ਦੀ ਜ਼ਰੂਰਤ ਨਹੀਂ ਪਈ। ਜਿਸਲੇ ਪੁਲ ਦੀ ਜ਼ਰੂਰਤ ਆਈ ਨੁਕਸਾਨ ਹਾਲ ਲੈਗੇ, ਨੁਕਸਾਨ ਦੀ ਭਰਪਾਈ ਮੈਂ ਪਰਮਾਤਮਾ ਅੱਗੇ ਦੁਆ ਕਰਨਾ ਕਿ ਨੁਕਸਾਨ ਤੇ ਚਲੋ ਗਿਆ ਗਿਆ, ਭਰਪਾਈ ਹੱਥ ਨਹੀਂ ਹੈਗਾ, ਤੁਹਾਡੀ ਭਰਪਾਈ ਪੂਰੀ ਕਰਕੇ। ਲੇਕਿਨ ਜਾਨ ਦਾ ਜਗ੍ਹਾ ਨੁਕਸਾਨ ਨਹੀਂ ਹੋਇਆ, ਅਸੀਂ ਉਹਦੇ ਸ਼ੁਕਰ ਗੁਜ਼ਾਰ ਹਾਂ। ਲੇਕਿਨ ਅਸੀਂ ਅਸ ਮੋਦੀ ਗੌਰਮੈਂਟ ਦੇ ਅੱਗੇ ਰਿਕੁਐਸਟ ਕਰ ਰਹੇ ਹਾਂ ਵਾਰ ਵਾਰ ਕਿ ਇਸ ਪੁਲ ਦਾ ਨਿਰਮਾਣ ਜਿਹੜਾ ਹੈ, ਕੰਮ ਜਿਹੜਾ ਹੈ, ਕਾਰਜ ਜਿਹੜਾ ਹੈ, ਬੰਦ ਕੀਤਾ ਤੁਸੀਂ ਇਸੀ ਫੌਰੀ ਤੌਰ ਉੱਪਰ ਚਲਾਇਆ ਜਾਏ। ਨਹੀਂ ਤਾਂ ਅੱਜ ਇੱਥੇ ਮਹਿੰਦਰਾ 207 ਤੁਸੀਂ ਪਈ ਲੱਭਾ ਸੀ, ਕੱਲ੍ਹ ਤੁਸੀਂ ਨਾ ਜਾਣੇ ਕਿੰਨੀਆਂ ਡੈੱਡ ਬਾਡੀਆਂ ਲੱਭਣੀਆਂ। ਤਾਂ ਮੈਂ ਸਾਰੇ ਗੌਰਮੈਂਟ ਐਡਮਿਨਿਸਟ੍ਰੇਸ਼ਨ, ਡੀਸੀ ਐਡਮਿਨਿਸਟ੍ਰੇਸ਼ਨ ਦੀ ਜਾਂ ਮੋਦੀ ਤੱਕ ਜਾਂ ਐਜ ਏ ਐਲ ਜੀ ਮਨੋਜ ਸਿਨਹਾ ਸਾਡੇ ਜਿਹੜੇ ਉਪ ਰਾਜਪਾਲ ਉਹਦੇ ਅੱਗੇ ਤੱਕ ਵੀ ਸਾਡੀ ਅਗਰ ਇਹ ਵੀਡੀਓ ਕੋਲ ਪੁੱਜਾ ਤਾਂ ਉਹਦੇ ਅੱਗੇ ਵੀ ਸਾਡੇ ਜੋਲਿਆ ਕਰੀਏ, ਰਿਕੁਐਸਟ ਹੈ ਕਿ ਦਿਓ ਇਹਨੇ ਫਾਰੈਸਟ ਵਾਲੀ ਪ੍ਰਦੂਸ਼ਣ ਜਾਂ ਤਾਂ ਭਾਈ ਦਿਓ ਤੁਸੀਂ ਰਿਸ਼ਵੇਤ ਕੀ ਕਿ ਲੋਕਲ ਲੋਕ ਦੱਸ ਦੇ ਸਕਣੇ ਨਹੀਂ ਹਨ, ਲੇਕਿਨ ਇਹਨੇ ਹੀ ਕੋਈ ਕਿਸ਼ ਨਹੀਂ ਕਿਸ਼ ਦਿਓ ਬਹੁਤੀ ਤਾਂ ਕਿ ਸਾਡੇ ਪੁਲ ਦਾ ਕੰਮ ਲੱਗੀ ਸਕਿਆ। ਜੈ ਹਿੰਦ, ਜੈ ਭਾਰਤ।